ਸਤਿਕਾਰ ਜੀ ਸਾਰਿਆਂ ਨੂੰ। ਅਸੀਂ ਅੱਜ ਮਲਕੀਤ ਸਿੰਘ ਦੇ ਫਾਰਮ ਤੇ ਖੜੇ ਹਾਂ। ਕੁਤਬਦੀਨ ਵਾਲਾ ਪਿੰਡ ਆ, ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ। ਇੱਥੇ ਦੋ ਫਾਰਮਾਂ ਦਾ ਜਿਹੜੇ ਹੈਗੇ ਦਰਿਆ ਦੇ ਮਤਲਬ ਬੰਨ ਦੇ ਵਿੱਚ ਆ ਇਹ ਦੋ ਫਾਰਮ, ਅਤੇ ਦੋਨਾਂ ਦਾ ਉਹਨਾਂ ਦਾ ਦੂਜੇ ਫਾਰਮ ਦਾ ਵੀ ਹੋਇਆ ਨੁਕਸਾਨ ਹੈ ਜਿਹੜਾ ਸੈਲੇ ਦਾ। ਪਰ ਮਲਕੀਤ ਸਿੰਘ ਦਾ ਕੀ ਹੋਇਆ ਕਿ ਇਹਦੇ ਪਹਿਲਾਂ ਵੀ ਪਾਣੀ, ਤੀਜੀ ਵਾਰ ਪਾਣੀ ਇਤਕੀ ਆਇਆ ਅਤੇ ਇੱਥੇ ਆ ਕੇ ਨਾ ਪਾੜ ਪੈ ਗਿਆ, ਅਤੇ ਘੱਟੋ ਘੱਟ ਮੇਰੇ ਖਿਆਲ ਨਾਲ 38 ਫੁੱਟ ਡੂੰਘਾ ਪਾੜ ਆ, ਅਤੇ ਇਹਨਾਂ ਕੋਲ 4 ਕਿੱਲੇ ਜ਼ਮੀਨ ਆ, 4 ਕਿੱਲੇ ਹੀ ਪਾਣੀ ਪੂਰਾ ਫੁੱਲ, 4 ਕਿੱਲੇ 'ਚ ਪਾਣੀ ਖੜ੍ਹਾ। ਉਰੇ ਘਬਰਾਏ ਨਹੀਂ ਅੱਗੇ, ਅਸੀਂ ਦੋਏ ਵਾਰ ਇਹਨਾਂ ਨੂੰ ਪੁੱਛਿਆ ਵੀ ਕੋਈ ਮਦਦ ਦੀ ਲੋੜ ਹੈ, ਕਹਿੰਦੇ ਨਹੀਂ ਸਾਡਾ ਸਰਦਾ, ਜੇ ਕੋਈ ਹੋਰ ਕਿਸੇ ਦੀ ਉਹਦੀ ਮਦਦ ਕਰੋ। ਪਰ ਹੁਣ ਪੋਜੀਸ਼ਨ ਇਹ ਹੋ ਗਈ ਵੀ ਤੀਜੀ ਵਾਰ ਹੁਣ ਇਹਨੇ ਪਾਣੀ ਵੀ ਇੰਨਾ ਖੜ੍ਹਾ, ਮਿੱਟੀ ਸਾਰੀ ਚੱਕ ਕੇ 1 ਕਿਲੋਮੀਟਰ ਦੇ ਨੇੜੇ ਵਿੱਚ ਚਲੀ ਗਈ ਸਾਰੀ ਜਿਹੜੀ ਇਹਨਾਂ ਦੇ ਉੱਥੋਂ ਗਈ ਹੈ। ਪਰ ਹੁਣ ਇਹਨਾਂ ਨੂੰ ਫਾਰਮ ਇੱਥੋਂ ਸ਼ਿਫਟ ਕਰਨਾ ਪੈਣਾ। ਪਹਿਲੀ ਵਾਰ ਮਤਲਬ ਤੁਸੀਂ ਇੰਨਾ ਫਾਰਮ, ਤੁਸੀਂ ਇੱਦਾਂ ਢਾਂਚਾ ਬਣਾਇਆ ਹੋਇਆ, ਔਰ ਤੁਸੀਂ ਗਾਈਆਂ ਇੰਨੇ ਦੇਖ ਕੇ ਰੂਹ ਖੁਸ਼ ਹੁੰਦੀ, ਇੰਨੇ ਵਧੀਆ ਜਾਨਵਰ ਨੇ, ਅਤੇ ਮਤਲਬ ਇੰਨੇ ਸੋਹਣੇ ਜਾਨਵਰ ਔਰ ਇੰਨੀ ਮਿਹਨਤ ਕਰਦੇ ਆ, ਔਰ ਮਤਲਬ ਕਦੇ ਇਹਨਾਂ ਨੇ ਹਮੇਸ਼ਾ ਮਦਦ ਨੂੰ ਜਵਾਬ ਹੀ ਦਿੱਤਾ। ਪਰ ਹੁਣ ਆ ਕੇ ਲੋੜ ਪਈ ਹੈ ਵੀ ਆਪਾਂ ਨੂੰ ਮਦਦ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਚਾਹੀਦੀ ਹੈ। ਆਪਣੇ ਭਾਈਚਾਰੇ 'ਚ ਜਦੋਂ ਵੀ ਕਿਸੇ ਕਿਤੇ ਮੁਸੀਬਤ ਆਉਂਦੀ ਆ, ਆਪਾਂ ਕੋਸ਼ਿਸ਼ ਕਰਦੇ ਹਾਂ ਅਤੇ ਕਰਿਆ ਕਰੀਏ ਵੀ ਆਪਾਂ ਜ਼ਰੂਰ ਥੋੜ੍ਹੀ ਥੋੜ੍ਹੀ ਮਦਦ ਨਾਲ ਵੀ ਇੱਕ ਬੰਦੇ ਦੀ ਵੱਡੀ ਮਦਦ ਹੋ ਜਾਂਦੀ ਹੈ। ਮੁਸੀਬਤ 'ਚ ਸਾਲ ਦੇ ਵਿੱਚ ਕਿਸੇ 'ਤੇ ਵੀ ਆ ਸਕਦੀ ਆ, ਪਰ ਇਹ ਨਹੀਂ ਵੀ ਸਾਰਿਆਂ 'ਤੇ ਆਉਂਦੀ, ਨਹੀਂ ਕੋਈ ਵੀ ਆਪਾਂ ਕਹਿੰਦੇ 0.5% ਲੋਕਾਂ 'ਤੇ ਵੀ ਨਹੀਂ ਆਉਂਦੀ, ਇਦੋਂ ਵੀ ਘੱਟ ਮਾਤਰਾ 'ਚ ਆਉਂਦੀ। ਜਿਵੇਂ ਆਪਾਂ ਸਾਲ ਦੇ ਵਿੱਚ ਹੋ ਜਾਂਦਾ 5-7 ਬੰਦਿਆਂ 'ਤੇ ਆਉਂਦੀ, ਉਹਦੇ ਵਿੱਚ ਆਪਾਂ ਨੂੰ ਇੱਕ ਦੂਜੇ ਨਾਲ ਆਪਣੀ ਔਰਗੇਨਾਈਜੇਸ਼ਨ ਵੱਲੋਂ ਖੜ੍ਹਨਾ ਜ਼ਰੂਰੀ ਆ, ਅਤੇ ਉਹਦੇ ਵਿੱਚ ਨਾਲ ਖੜ੍ਹਦੇ ਚਲੋ ਐਸੋਸੀਏਸ਼ਨ ਵੱਲੋਂ ਆਪਾਂ ਜਿੰਨਾ ਕੁ ਕਰ ਸਕਦੇ ਹਾਂ, ਬਾਕੀ ਤਾਂ ਮਦਦ ਸਾਰੀ ਆਪਾਂ ਨੂੰ ਆਪਣੇ ਜਿਹੜੇ ਡੇਅਰੀ ਫਾਰਮਰ ਭਰਾ ਵਾ, ਆਪਾਂ ਚਾਹੇ ਮੈਂ ਕਹਿੰਦਾ ਕੋਈ ਫਾਰਮਰ ਭਾਵੇਂ 500 ਰੁਪਏ ਦੀ ਮਦਦ ਦੀ ਪਾਵੇ, ਅਤੇ ਕਾਹੇ 'ਚੋਂ ਕੋਈ ਚਾਹੇ ਕੋਈ 5-10 ਹਜ਼ਾਰ ਦੀ ਮਦਦ ਪਾਵੇ, 20 ਹਜ਼ਾਰ ਦੀ ਪਾਵੇ, ਪਰ ਜਦੋਂ ਤੁਸੀਂ ਥੋੜ੍ਹੀ ਥੋੜ੍ਹੀ ਮਦਦ ਪਾਉਂਦੇ ਹੋ, ਵੱਡੀ ਹੋ ਜਾਂਦੀ ਹੈ ਅਤੇ ਬੰਦਾ ਖੜਾ ਹੋ ਜਾਂਦਾ। ਕਿਉਂਕਿ ਸਾਡੇ ਆਪਣੇ ਜਿਹੜੇ ਫਾਰਮਰ ਆ ਉਹ ਜ਼ਿਆਦਾ ਵੱਡੇ, ਕੋਈ ਜ਼ਮੀਨਾਂ ਵਾਲੇ ਨਹੀਂ ਹੈਗੇ, ਕੋਈ 50 ਕਿੱਲੇ 100 ਕਿੱਲੇ ਵਾਲਾ ਜ਼ਮੀਨ ਵਾਲਾ ਨਹੀਂ ਆਪਣੇ, ਕਿਉਂਕਿ ਕਿੱਤਾ ਜਿਹੜਾ ਆਪਣਾ ਇਹ ਬਹੁਤ ਮਿਹਨਤ ਵਾਲਾ ਕਿੱਤਾ, ਇਹਦੇ ਵਿੱਚ ਆਪਣੇ ਸਾਰਿਆਂ ਨੇ ਲੋਨ ਲੈ ਕੇ ਕੰਮ ਸ਼ੁਰੂ ਕੀਤੇ, ਔਰ ਛੋਟੇ ਤੋਂ ਜ਼ਿਮੀਂਦਾਰ ਛੋਟੇ ਸੀਗੇ ਅਤੇ ਡੇਅਰੀ ਫਾਰਮਰ ਚਾਹੇ ਵੱਡੇ ਬਣ ਕੇ ਉਹ ਉਹਦੀ ਮਿਹਨਤ ਨਾਲ ਬਣੇ। ਪਰ ਉਹਦੇ ਵਿੱਚ ਕੀ ਹੈ ਕਿ ਜਦੋਂ ਕਦੇ ਮੁਸੀਬਤ ਆ ਜਾਂਦੀ ਆ, ਉਦੋਂ ਸਾਰਾ ਕੁਝ ਹੀ ਆਪਣਾ ਦਾਅ 'ਤੇ ਹੁੰਦਾ, ਇਹੀ ਕੁਛ ਆਪਣੇ ਕੋਲ, ਆਪਣੀਆਂ ਗਾਈਆਂ ਹੀ ਆਪਣੇ ਕੀਲੇ ਨੇ, ਅਤੇ ਉਦੋਂ ਮੌਕੇ 'ਤੇ ਆਪਣੀ ਫਿਰ ਮਦਦ ਦੀ ਲੋੜ ਹੁੰਦੀ, ਜੇ ਉਦੋਂ ਮਦਦ ਨਹੀਂ ਕਰਦੇ ਤਾਂ ਬੰਦਾ ਦੁਬਾਰੇ ਉੱਠਦਾ ਨਹੀਂ ਗਾ। ਇਸ ਕਰਕੇ ਆਪਾਂ PDF ਵੱਲੋਂ ਪੂਰਾ ਯਤਨ ਕਰ ਰਹੇ ਹਾਂ ਵੀ ਜਦੋਂ ਕਿਤੇ ਕਿਸੇ 'ਤੇ ਮੁਸੀਬਤ ਆਉਂਦੀ ਹੈ, ਜਿੰਨੇ ਵੀ ਜੋਗੇ ਆ, ਜਿੰਨੀ ਵੀ ਜੋਗੀ PDF ਆ ਉਹ ਮਦਦ ਨਾਲ ਖੜ੍ਹੇ, ਅਤੇ ਜਿੰਨੇ ਜੋਗੇ ਵੀ ਆਪਾਂ ਅਪੀਲ ਕਰਦੇ ਹਾਂ ਵੀ ਸਾਰੇ ਫਾਰਮਰ ਵੀਰਾਂ ਨੂੰ, ਅੱਜ ਕੱਲ੍ਹ ਬੜਾ ਸੌਖਾ ਵਾ, ਗੂਗਲ ਪੇ ਕਰ ਲਓ, ਤੁਸੀਂ PayTM ਕਰ ਲਓ, ਬੈਠੇ ਘਰੇ ਬੈਠੇ ਯਾਰ ਗੱਲ ਸੁਣਦੇ ਸਾਰੀ, ਤੁਸੀਂ ਉਦੋਂ ਸੋਚੋ ਨਾ, ਉਦੋਂ ਹੀ ਬਟਨ ਨੱਪੋ, 2000 5000 5000 ਜਿੰਨਾ ਵੀ ਤੁਸੀਂ ਮਦਦ ਕਰਨੀ ਆ, ਉਹਦੇ ਵਿੱਚ ਜੇ ਤੁਸੀਂ ਮਦਦ ਕਰੋਗੇ ਉਹਨੇ ਨਾਲ ਹੀ ਬੰਦਾ ਖੜਾ ਹੋ ਜਾਂਦਾ। ਪਿੱਛੇ ਜੇ ਤੁਸੀਂ ਦੇਖਿਓ ਰਾਮਪੁਰਾ ਫੂਲ, ਆਪਾਂ ਮੁੰਡੇ ਦਾ ਸ਼ੈੱਡ ਸਾਰਾ ਹੀ ਉੱਡ ਗਿਆ, ਵਿਚਾਰਾ ਡਿਪਰੈਸ਼ਨ 'ਚ ਜਾਣ ਵਾਲਾ ਸੀਗਾ, ਉਹਦੀ ਚਲੋ ਆਪਾਂ ਜਿੰਨੀ ਵੀ ਜੋਗੇ PDF ਵੱਲੋਂ ਮਦਦ ਕੀਤੀ, ਲੋਕ ਜਦੋਂ ਆਪਾਂ ਅਪੀਲ ਕੀਤੀ ਲੋਕਾਂ ਨੇ ਮਦਦ ਕੀਤੀ, ਉਹਦਾ ਇੰਨਾ ਸੋਹਣਾ ਫਾਰਮ ਬਣ ਗਿਆ, ਇੰਨਾ ਖੁਸ਼ ਆ, ਔਰ ਉਹ ਦੁਬਾਰੇ ਪੈਰਾਂ ਸਿਰ ਹੋ ਗਿਆ। ਅਤੇ ਇਸ ਕਰਕੇ ਮਲਕੀਤ ਸਿੰਘ ਕੋਲ ਮੇਰੀ ਜਿੰਨੀ ਵਾਰ ਮਦਦ ਪੁੱਛੀ ਆ, ਇਹਨਾਂ ਨੇ ਕਦੇ ਮਦਦ ਨੂੰ ਜਵਾਬ ਦਿੱਤਾ ਵੀ ਲੋਕਾਂ ਲਈ ਹੋਰ ਕਰੋ, ਪਰ ਹੁਣ ਇਹਨਾਂ ਨੂੰ ਜ਼ਰੂਰਤ ਪੈ ਗਈ। ਹੁਣ ਇਹਨਾਂ ਨੇ ਇੱਕ ਤਾਂ ਸ਼ੈੱਡ ਵੀ ਇੱਥੋਂ ਤਬਦੀਲ ਕਰਨਾ ਪੈਣਾ, ਕੰਧਾਂ ਕੁੰਧਾਂ ਸਾਰੀਆਂ ਪਾਟ ਗਈਆਂ, ਬੜੀ ਮੁਸ਼ਕਲ ਨੇ ਇਹਨਾਂ ਦੇ ਸਾਰੇ ਪਾਣੀ, ਇੱਥੇ ਸੜਕ ਦੇ 5-5, 6-6 ਫੁੱਟ ਪਾਣੀ ਸੀ, ਅਤੇ 4 ਕਿੱਲੇ 4 ਕਿੱਲੇ ਪਾਣੀ 'ਚ, ਅਤੇ 30-30 ਫੁੱਟ ਦਾ ਪਾੜ ਪਿਆ ਹੋਇਆ। ਅਤੇ ਅਸੀਂ PDF ਵੱਲੋਂ ਫੈਸਲਾ ਕੀਤਾ, ਕਮੇਟੀ ਨੇ ਸਾਰੀ ਨੇ, ਵੀ 2 ਲੱਖ ਰੁਪਈਆ ਬਹੁਤ ਛੋਟੀ ਰਕਮ ਆ, ਮਤਲਬ ਇੱਕ ਸ਼ੁਰੂਆਤ ਆ, 2 ਲੱਖ ਰੁਪਈਆ PDF ਵੱਲੋਂ ਮਲਕੀਤ ਸਿੰਘ ਦੇ ਸੇਵਾ 'ਚ ਪਾਵਾਂਗੇ, ਵੀ ਇਹਦੇ ਨਾਲ ਖੜ੍ਹਨਾ ਭਰਾ ਦੇ ਨਾਲ। ਅਤੇ ਬਾਕੀ ਮੇਰੀ ਬੇਨਤੀ ਆ ਵੀ ਅਸੀਂ ਕਮੈਂਟ ਦੇ ਵਿੱਚ ਵੀ, ਅਤੇ ਇਹਨਾਂ ਦਾ ਨਾਲ QR ਕੋਡ ਆ ਜਿਹੜਾ ਉਹ ਨਾਲ ਵਿੱਚ ਕਰ ਦਾਂਗੇ, ਫੋਨ ਨੰਬਰ ਮਲਕੀਤ ਸਿੰਘ, ਉਹ QR ਕੋਡ ਆਪ ਹੀ ਦੇਣਗੇ ਆਪਣੇ ਕਮੈਂਟ 'ਚ, ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਆਪਦਾ ਨੰਬਰ ਅਤੇ QR ਕੋਡ ਵਿੱਚ ਦੇ ਦੇਣ, ਅਤੇ ਉਹਦੇ ਵਿੱਚ ਮੇਰੇ ਵੀਰਾਂ ਨੇ ਜ਼ਰੂਰ ਮਦਦ ਕਰਨੀ ਆ। ਆਪਾਂ ਆਪਣੇ ਧੰਦੇ ਦੇ ਨਾਲ, ਆਪਾਂ ਅੱਜ ਕੱਲ੍ਹ ਸਾਰੇ ਬੰਦਿਆਂ ਦਾ ਦੇਖੋ ਦੁੱਧ ਸਭ ਕੁਝ ਵਧੀਆ, ਪਰ ਤੁਹਾਡੀ ਛੋਟੀ ਛੋਟੀ ਮਦਦ ਨਾਲ ਅਤੇ ਆਪਣੇ ਭਰਾਵਾਂ ਦੇ ਨਾਲ ਬੰਦੇ ਖੜਾਂਗੇ ਤਾਂ ਉਹ ਸਟੈਂਡ ਹੋ ਜਾਂਦੇ ਆ, ਅਤੇ ਮਦਦ ਜ਼ਰੂਰ ਸਾਰਿਆਂ ਨੇ ਕਰਨੀ ਹੈ, ਚਾਹੇ ਯਾਰ 5 ਰੁਪਈਏ ਦੀ ਮਦਦ ਕਰਿਓ, ਮਦਦ ਕਰਨੀ ਆ। ਇਹ ਕੋਈ ਇਹਨਾਂ ਨੇ ਮਦਦ ਨਹੀਂ, ਅਸੀਂ ਆਪਦੇ ਵੱਲੋਂ ਮਦਦ ਦੀ ਅਪੀਲ ਕਰਦੇ ਹਾਂ PDF ਵੱਲੋਂ, ਵੀ ਆਪਾਂ ਕਦੇ ਵੀ ਕਿਸੇ ਦੀ ਮੁਸੀਬਤ ਆਉਂਦੀ ਇੱਕ ਦੂਜੇ ਨਾਲ ਖੜਿਆ ਕਰੀਏ। ਅਤੇ ਬਾਕੀ ਮਲਕੀਤ ਸਿੰਘ ਦੱਸ ਸਕਦਾ ਵੀ ਬਾਕੀ ਸਾਰਾ ਕੀ ਕੁਛ ਹੈ, ਮਲਕੀਤ ਸਿੰਘ ਤੁਸੀਂ ਥੋੜ੍ਹਾ ਜਿਹਾ ਦੱਸੋ। ਸਤਿ ਸ਼੍ਰੀ ਅਕਾਲ ਜੀ, ਆਪਣੀ ਪੈਲੀ 'ਚ ਜਿਵੇਂ ਪਾੜ ਪਿਆ ਜੀ, ਅਤੇ 1.25 ਕਿੱਲਾ ਲੰਮਾ ਪਾੜ, 2 ਕਿੱਲਿਆਂ 'ਚ ਪਾੜ ਪਿਆ ਜੀ, ਅਤੇ ਬਾਕੀ ਕੁਛ ਗਾਈਆਂ ਦਾ ਜਿਵੇਂ ਨੁਕਸਾਨ ਹੋਇਆ ਉਹ ਹੋਇਆ, ਅਤੇ ਬਾਕੀ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਹੜਾ, ਬਾਕੀ ਕੰਧਾਂ ਕੁੰਧਾਂ ਪਾੜ ਗਈਆਂ ਜਿਵੇਂ, ਅਤੇ ਅਸੀਂ ਅਪੀਲ ਕਰਦੇ ਹਾਂ ਵੀ ਤੁਹਾਡੇ ਅੱਗੇ ਰਿਕੁਐਸਟ ਆ, ਸਾਡੀ ਮਦਦ ਕੀਤੀ ਜਾਵੇ। ਅਸੀਂ ਕਹਿੰਦੇ ਵੀ ਇਹ ਮਤਲਬ ਇਹ ਕਹਿਣਾ ਵੀ ਬਹੁਤ ਮੁਸ਼ਕਲ ਕੰਮ ਹੁੰਦਾ, ਔਰ ਇਹ ਫਾਰਮਰ ਵੀ ਮਤਲਬ ਤੁਸੀਂ, ਮੈਂ ਕਹਿੰਦਾ ਵੀ ਇੰਨੀ ਜਿੰਨੀ ਐਵਰੇਜ ਇਹ ਲੈ ਰਿਹਾ ਵੀ ਗਾਈਆਂ ਇੰਨੇ ਕੁ ਵਧੀਆ ਤਰੀਕੇ ਨਾਲ ਸਾਂਭੀਆਂ, ਗਰਮੀ ਦੇ ਵਿੱਚ ਕਿਸੇ ਦਾ ਮਤਲਬ ਬੋਡੀ ਸਕੋਰ ਇੰਨਾ ਵਧੀਆ ਵਾ,
बड़े वधिया तरीके नाल सही सारे साडी कमेटी विचों राजपाल सिंह परमिंदर सिंह कढ़ाणी सुखपाल सिंह सरपंच प्रधान ने साडे जिला प्रधान रिशम सिंह भुल्लर सारे खड़े है इत्थे अपने डॉक्टर साहब खड़े है सारे मतलब ये देख के असीं मतलब साडे मन दी तसल्ली भी इन्ने वधिया जानवर सांभे आ ते इहो जिहे बंदे ने मतलब ये एक मिसाल आ भी एक आपां छोटे जिमीदार होके इन्नी कामयाबी प्राप्त करदे आ पर जदों कितें इहो जिही मुसीबत आ फिर इहदे विच आपां नूं जरूर यार इक दूजे दा साथ देईए मेरी पूरी बेनती है कमेंट के इन्हों का QR कोड आजगा तो जरूर मदद करनी है तो 2 लाख की मदद PDF बंद में पाई धन्यवाद तुम माड़ा जहा उ दिखा दियो जो टोटा है ना। सो दोस्तों आप अज उन्हां दे फार्म का थोड़ा जायजा तुहानूं दिखाउने आ जिहड़े इन्हां दे फार्म दे हालात होए ने जिहड़े इन्हां दे साइलेज का नुकसान होया जां कंधां डिग्गियां ने पाड़ पए ने। सो दोस्तों आप तुहानूं दिखाउने आ दोस्तों ये जिहड़ी कंध आ तुसीं देखो भी ये सारी दी सारी ही डिग चुकी आ इत्थे पानी चलदा रहे वीरां ने कुछ सपोर्ट करके इहनूं बचाउण दी कोशिश कीती आ ये तुसीं देखो साइलेज अंदरों सारा खराब होया होना क्योंकि पानी का फ्लो बहुत ज़्यादा सीगा आ देखो जी। तो ये सारा ही कंध डिग चुकी आ इन्हां नूं ये कंध नवें सिरे तो बनाउणी पैणी आ सारा कुछ मतलब स्ट्रक्चर नवा एक खड़ा करना पैना इन्हां नूं दुबारा। सो दोस्तों हुण तुहानूं मैं उह दिखाऊंगा जिथे 2 किल्लियां दे विच पाड़ पिया दोस्तो ओ जेड़ा तनु मशीन दिखा रहा इस वीर दे ए जमीन है जी ते ए भी है जी इधर भी पानी है जी और इधर भी पानी है जी ये जेड़े 2 किल्लियां दे विच पाड़ जेड़ा पिया होया ये देखो सर तुसी देखो जी किन्ना डूंगी जड़ी मिट्टी आ और कित्थों तक ये पाड़ पिया जी। सो किसान वीरां नूं बेनती आ भी इस वीर दे नाल अज जे माड़ा समा आया ते आपां नूं खड़न दी लोड़ आ जिहड़ा इन्हां दा रास्ता सीगा घर नूं जाण वास्ता घर नूं जाण वाला ओह भी मतलब खुर चुकिया सारा ते बहुत ही ज्यादा मंदे लाता कुछ क मिट्टी को पाउण दी कोशिश करदे पए आ पर डूंगा ही इन्ना क ज्यादा कि इत्थे खर्चा बहुत आउणा। सो दोस्तो तुसी देखो आपां इहदे वीर दी मदद जरूर करनी है जी।